ਇਹ ਮਾਮਲਾ ਪਟਿਆਲੇ ਦਾ ਜਿੱਥੇ ਹੈੱਡਕੁਆਰਟਰ ਨਾਂ ਦਾ ਇਮੀਗ੍ਰੇਸ਼ਨ ਹੈ, ਜਿਨ੍ਹਾਂ ਨੇ ਤਕਰੀਬਨ ਕਿਸਾਨਾਂ ਦੇ ਕਹਿਣ ਦੇ ਮੁਤਾਬਕ ਕੁਛ 2-3 ਬੱਚਿਆਂ ਦੇ 50 ਲੱਖ ਦੇ ਕਰੀਬ ਪੈਸਿਆਂ ਦੀ ਜਿਹੜੀ ਹੇਰਾਫੇਰੀ ਕੀਤੀ ਹੈ ਜਾਂ ਇਹਨਾਂ ਨਾਲ ਠੱਗੀ ਮਾਰੀ ਹੈ। ਜੇ ਇਸ ਤਰ੍ਹਾਂ ਦੇਖੀਏ ਤਾਂ 50 ਲੱਖ ਤੋਂ ਉੱਪਰ ਬਣਦੀ ਆ ਅਮਾਊਂਟ ਆ ਜਿਹੜੀ ਆ, 4 ਅਮਾਊਂਟਾਂ ਦੇ ਵਿੱਚ ਇਹ ਹੈਗਾ। ਜੇ ਗੱਲ ਕਰੀਏ ਜਿਹੜਾ ਇੱਥੋਂ ਦਾ ਇਮੀਗ੍ਰੇਸ਼ਨ ਦਾ ਓਨਰ ਹੈ, ਉਹਦਾ ਓਨਰ ਪਿੱਛੇ ਆ, ਪਰਦੇ ਦੇ ਪਿੱਛੇ ਰਹਿ ਰਿਹਾ, ਉਹ ਕੌਣ ਹੈ ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਇਹ ਦੇਖੋ ਜਿਹੜਾ ਬੋਰਡ ਲੱਗਿਆ ਹੈੱਡਕੁਆਰਟਰ ਇਮੀਗ੍ਰੇਸ਼ਨ, ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਕੁਛ ਲੋਕ ਨੇ ਜਿਹੜੇ ਉਹਨਾਂ ਦੇ ਫੇਵਰ ਦੇ ਵਿੱਚ, ਉਹਨਾਂ ਦੇ ਹੱਕ ਦੇ ਵਿੱਚ ਇਹ ਉਗਰਾਹਾਂ ਜਥੇਬੰਦੀ ਇੱਥੇ ਪੱਕੇ ਤੌਰ 'ਤੇ ਧਰਨਾ ਲਾ ਕੇ ਬੈਠ ਗਈ। ਉੱਥੋਂ ਦਾ ਜਿਹੜਾ ਕੋਈ ਰਾਜਕਰਤਾ ਲੋਕ ਹੈ ਉਹਦੀ ਸਹਿ ਦੇ ਉੱਤੇ ਜਿਹੜੀ ਹੈ ਇਹ ਇਮੀਗ੍ਰੇਸ਼ਨ ਚੱਲ ਰਿਹਾ, ਜਿਹੜਾ ਹੈੱਡਕੁਆਰਟਰ ਨੌ ਵੀ ਹੈੱਡਕੁਆਰਟਰ ਹੀ ਰੱਖਿਆ, ਠੱਗਾਂ ਦਾ ਹੈੱਡਕੁਆਰਟਰ ਹੈ। ਕੀ ਮਜਬੂਰੀ ਆਈ ਕਿਸਾਨਾਂ ਦੀ ਵੀ ਸਾਰੇ ਸਟਾਫ ਨੂੰ ਅੰਦਰ ਬੰਦ ਕਰਨਾ ਪਿਆ? ਅੰਦਰ ਇਹ ਬੈਠੇ ਆ, ਪ੍ਰਸ਼ਾਦਾ ਪਾਣੀ ਜਿਹੋ ਜਿਹਾ ਅਸੀਂ ਸਕਿਆ ਉਹੀ ਪ੍ਰਸ਼ਾਦਾ ਪਾਣੀ ਇਹਨਾਂ ਨੂੰ ਸਕਾਇਆ, ਕੋਈ ਚਾਹ ਬਣਾਵਾਂਗੇ ਚਾਹ ਵੀ ਇਹਨਾਂ ਨੂੰ ਪਿਲਾਵਾਂਗੇ, ਇਹਨਾਂ ਨੂੰ ਭੁੱਖੇ ਅਸੀਂ ਰਹਿਣ ਨਹੀਂ ਦਿੰਦੇ। ਜਿਸ ਤਰ੍ਹਾਂ ਦਾ ਅਸੀਂ ਖਾਵਾਂਗੇ, ਸੁੱਕੀ ਮੇਸੀਆਂ ਖਾਵਾਂਗੇ, ਸੁੱਕੀਆਂ ਖਾਵਾਂਗੇ, ਸੁੱਕੀਆਂ ਇਹਨਾਂ ਨੂੰ ਦੇਵਾਂਗੇ। ਜੇ ਗੱਲ ਕਰੀਏ ਤਾਂ ਜਿਹੜੇ ਓਨਰ ਨੇ ਇਸ ਇਮੀਗ੍ਰੇਸ਼ਨ ਨੂੰ ਚਲਾਉਂਦਾ ਮਾਲਕ ਆ ਜਿਹੜਾ, ਉਹ ਪਰਦੇ ਦੇ ਪਿੱਛੇ ਆ, ਜਿਹਦਾ ਚਿਹਰਾ ਕਿਸੇ ਨੇ ਨਹੀਂ ਦੇਖਿਆ। ਗੁਰਮੇਲ ਸਿੰਘ ਜਿਹੜਾ ਸਾਰੇ ਹੀ ਕਸਟਮਰਾਂ ਨੂੰ ਮਿਲਦਾ, ਉਹੀ ਓਨਰ ਬਣ ਕੇ ਮਿਲਦਾ ਹੈ, ਪਰ ਉਹਦਾ ਹਜੇ ਕੋਈ ਸਾਬਤ ਨਹੀਂ ਹੋਇਆ, ਚਿਹਰਾ ਦੇਖਿਆ ਨਹੀਂ। ਪਰ ਅੱਜ ਉਹ ਗੱਲ 'ਚ ਭੱਜ ਰਿਹਾ ਪੁਲਿਸ ਦੇ ਕਹਿਣ ਮੁਤਾਬਕ ਵੀ ਤੁਸੀਂ ਅਸਲੀ ਜਿਹੜਾ ਇਹਦਾ ਮਾਲਕ ਆ ਉਹਦੇ ਨਾਲ ਗੱਲ ਕਰੋ। ਜਦੋਂ ਸਾਡੇ ਨੌਜਵਾਨਾਂ ਨੂੰ ਕਈ ਠੱਗ ਏਜੰਟ ਲੁੱਟਦੇ ਨੇ ਤਾਂ ਫਿਰ ਕਿਸਾਨਾਂ ਨੂੰ ਨਾਲ ਲਿਆ ਕੇ ਪ੍ਰੋਟੈਸਟ ਕਰਨਾ ਪੈਂਦਾ ਹੈ, ਤਾਂ ਕਿਤੇ ਜਾ ਕੇ ਪੈਸੇ ਮਿਲਦੇ ਨੇ, ਨਹੀਂ ਤਾਂ ਛੂ ਮੰਤਰ ਹੋ ਜਾਂਦੇ ਨੇ ਏਜੰਟ। ਇੱਥੇ ਸਾਡੀ ਹਮਦਰਦੀ ਵੀ ਹੈ ਇੱਥੇ ਸਟਾਫ ਦੇ ਨਾਲ, ਕਿਉਂਕਿ ਸਟਾਫ ਨੇ ਜੋ ਅੱਜ ਇੱਥੇ ਬੰਦੀ ਬਣਾ ਲਏ ਜਿਨ੍ਹਾਂ ਦੀ ਵੀਡੀਓ ਨਸ਼ਰ ਹੁੰਦੀ ਹੈ, ਤਾਂ ਸਟਾਫ ਦੀਆਂ ਕੁੜੀਆਂ ਨੇ ਮੁੰਡੇ ਨੇ ਇਹਨਾਂ ਨੇ ਕਿਤੇ ਹੋਰ ਵੀ ਕੰਮ ਕਰਨਾ ਹੁੰਦਾ ਤਾਂ, ਪਰ ਇਹਨਾਂ ਨੂੰ ਤਾਂ ਸਾਰੇ ਫਰੌਡ ਸਮਝਣਗੇ। ਉਹਨਾਂ ਨਾਲ ਤਾਂ ਤਕਲੀਫ ਸਾਨੂੰ ਵੱਧ ਹੈ, ਉਹ ਤਾਂ ਅੰਦਰ ਏਸੀ ਲਾ ਕੇ ਬੈਠੇ ਹੈ, ਸਾਡੇ ਕੋਲ ਤਾਂ ਇੱਥੇ ਪੱਖਾ ਵੀ ਨਹੀਂ ਨਾ ਚੱਲਦਾ, ਅਸੀਂ ਗਰਮੀ ਦੇ ਵਿੱਚ ਬੈਠੇ ਹਾਂ, ਉਹਨਾਂ ਨੇ ਤਾਂ ਆਪਣੀਆਂ ਤਨਖਾਹਾਂ ਲੈਣੀਆਂ ਨੇ, ਸਾਨੂੰ ਤਾਂ ਕੋਈ ਤਨਖਾਹ ਨਹੀਂ ਨਾ ਮਿਲਦੀ। ਕਿਸਾਨਾਂ ਨੇ ਕਿਹਾ ਵੀ ਪੈਸੇ ਦੀ ਗੱਲ ਤਾਂ ਇੱਕ ਪਾਸੇ, ਸਾਨੂੰ ਤਾਂ ਗੁੰਡਿਆਂ ਨੇ ਧੱਕੇ ਮਾਰੇ ਨੇ। ਇੱਕ ਡੁਪਲੀਕੇਟ CID ਅਫਸਰ ਬਣ ਕੇ ਇੱਕ ਮੁਲਾਜ਼ਮ ਕਹਿ ਕੇ ਆਪਦੇ ਆਪ ਨੂੰ ਸਾਨੂੰ ਗੱਲਬਾਤ ਦੇ ਦੌਰਾਨ ਅੰਦਰ ਲੈ ਕੇ ਗਏ, ਅਤੇ ਬਾਹਰ ਜੋ ਸਾਡੇ ਭਰਾ ਬੈਠੇ ਸੀਗੇ ਉਹਨਾਂ 'ਤੇ ਇਹਨਾਂ ਦੇ ਬੌਂਸਰਾਂ ਵੱਲੋਂ ਕੁੱਟਮਾਰ ਕਰਨ ਦਾ ਜਿਹੜਾ ਇੱਕ ਕਰਿਆ ਗਿਆ ਗਾ ਪ੍ਰੋਗਰਾਮ ਜਿਹਾ। ਪਰ ਪਤਾ ਲੱਗਿਆ ਵੀ ਬਾਅਦ ਦੇ ਵਿੱਚ ਸਮਝੌਤਾ ਹੋ ਗਿਆ, ਪੈਸੇ ਵਾਪਸ ਕਰਨ ਦੀ ਗੱਲ ਹੋਈ ਹੈ, ਅਤੇ ਕੁਛ ਚੈੱਕ ਦਿੱਤੇ ਨੇ ਕਿਸੇ ਨਾ ਕਿਸੇ ਤਰ੍ਹਾਂ, ਮਤਲਬ ਗੱਲ ਨੂੰ ਅੱਗੇ ਪਾਇਆ ਗਿਆ, ਫਿਰ ਜਾ ਕੇ ਅੰਦਰੋਂ ਜਿਹੜਾ ਸਟਾਫ ਨੂੰ ਬੰਦੀ ਜਿਹੜਾ ਬਣਾਇਆ ਸੀ ਉਹਨਾਂ ਨੂੰ ਛੱਡਿਆ ਗਿਆ। ਪੁਲਿਸ ਦੇ ਕਹਿਣ ਮੁਤਾਬਕ ਵੀ ਤੁਸੀਂ ਅਸਲੀ ਜਿਹੜਾ ਇਹਦਾ ਮਾਲਕ ਆ ਉਹਦੇ ਨਾਲ ਗੱਲ ਕਰੋ, ਤੁਸੀਂ ਗੁਰਮੇਲ ਸਿੰਘ ਨੂੰ ਤੰਗ ਨਾ ਕਰੋ, ਕਿਤੇ ਨਾ ਕਿਤੇ ਪੰਜਾਬ ਪੁਲਿਸ ਦੀ ਮਿਲੀ ਭੁਗਤ ਹੈ, ਉਹ ਇਹ ਚਿਹਰੇ ਨੇ ਜਿਹੜੇ ਨੰਗੇ ਕਰਨਾ ਨਹੀਂ ਚਾਹੁੰਦੀ।
ਨੌਜਵਾਨ ਜਦੋਂ ਮਜਬੂਰ ਹੋ ਜਾਂਦੇ ਨੇ ਇੱਥੇ ਕੰਮ ਕਾਰ ਨਹੀਂ ਮਿਲਦਾ, ਵਿਦੇਸ਼ਾਂ ਨੂੰ ਭੱਜਦੇ ਨੇ, ਪਰ ਵਿਦੇਸ਼ਾਂ 'ਚ ਜਾਣ ਤੋਂ ਪਹਿਲਾਂ ਕਈ ਠੱਗ ਏਜੰਟ ਬੈਠੇ ਨੇ ਜਿਹੜਾ ਮੋਟਾ ਡਾਕਾ ਮਾਰਦੇ ਨੇ ਸਾਡੇ ਨੌਜਵਾਨ ਅਤੇ ਉਹਨਾਂ ਦੇ ਪਰਿਵਾਰਾਂ ਦੀ ਜੇਬ 'ਤੇ। ਸਾਨੂੰ ਇਹ ਕਹਿ ਰਿਹਾ ਕਿ ਮੈਂ ਸੀ ਆਈ ਡੀ ਵਾਲਾ ਪੁਲਿਸ ਅਫਸਰ ਹੈ, ਉਸ ਨੂੰ ਜਦੋਂ ਅਸੀਂ ਐਸ ਐਚ ਓ ਨੂੰ ਕਿਹਾ ਗਿਆ ਬੰਦਾ ਹੈ ਜਿਹੜਾ ਤੁਹਾਡਾ ਨਾਮ ਵਰਤ ਰਿਹਾ ਅਤੇ ਕਾਰਵਾਈ ਕਰੋ ਭਲਾ ਤੁਸੀਂ ਕੀ ਕਰਦੇ ਹੋ, ਤਾਂ ਉਸ ਨੂੰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਬਜਾਏ ਉਹਨੂੰ ਭੇਜਿਆ ਗੱਡੀ 'ਚ ਸਾਈਡ 'ਤੇ ਲੰਘਾ ਦਿੱਤਾ ਕਿ ਤੂੰ ਚਲਾ ਜਾ। ਸਤਿ ਸ਼੍ਰੀ ਅਕਾਲ ਜੀ, ਮੈਂ ਮੋਹਨ ਮਕਬੂਲ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ। ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਰਾਤ ਦੀਆਂ, ਇਹ ਪਟਿਆਲੇ ਨੀਲਾ ਭਵਨ ਦੀਆਂ ਨੇ। ਜਿਹੜਾ ਤੁਸੀਂ ਬੋਰਡ ਦੇਖਿਆ, ਇਹ ਬੋਰਡ ਹੈ ਹੈੱਡਕੁਆਟਰ ਇਮੀਗ੍ਰੇਸ਼ਨ ਦਾ। ਇਹਨਾਂ ਦੇ ਸਾਰੇ ਸਟਾਫ ਨੂੰ ਇਹ ਕਿਸਾਨਾਂ ਨੇ ਅੰਦਰ ਡੱਕ ਲਿਆ, ਪਰ ਮਜਬੂਰੀ ਹੈ। ਕੋਈ ਇਹ ਨਾ ਸੋਚੋ ਵੀ ਇਹਨਾਂ ਨੂੰ ਆ ਕੇ ਅੰਦਰ ਕਿਡਨੈਪ ਕਰ ਲਿਆ, ਕੋਈ ਕਿਡਨੈਪ ਨਹੀਂ ਕੀਤਾ ਇਹਨਾਂ ਨੂੰ, ਬੰਦ ਕੀਤਾ ਵੀ ਸਾਡੇ ਪੈਸੇ ਦਿਓ। ਕਿਸਾਨਾਂ ਦੀ ਤੁਸੀਂ ਗੱਲ ਸੁਣੀ ਹੈ, ਕਈ ਬੱਚਿਆਂ ਨੂੰ ਬਾਹਰ ਭੇਜਣ ਦੇ ਨਾਂ ਦੇ ਉੱਤੇ ਉਹਨਾਂ ਨਾਲ ਠੱਗੀ ਵੱਜੀ ਹੈ, ਅਤੇ ਹੁਣ ਜਦੋਂ ਮਜਬੂਰੀ ਹੋ ਗਈ ਤਾਂ ਉਹ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਦਾ ਸਾਥ ਲੈਣਾ ਪਿਆ। ਫਿਰ ਲੋਕ ਕਹਿੰਦੇ ਨੇ ਕਿਸਾਨ ਧੱਕਾ ਕਰਦੇ ਨੇ, ਪਰ ਤੁਸੀਂ ਦੇਖੋ ਸੈਂਕੜੇ ਹੀ ਏਜੰਟਾਂ ਦੇ ਖਿਲਾਫ, ਐਸੇ ਏਜੰਟ ਨੇ ਇਹ ਕਈ ਜਿਹੜੇ ਸਾਰਿਆਂ ਨੂੰ ਬਦਨਾਮ ਕਰਦੇ ਨੇ, ਸੈਂਕੜੇ ਏਜੰਟਾਂ ਦੇ ਖਿਲਾਫ FIR ਦਰਜ ਹੋਈਆਂ ਹੋਈਆਂ ਨੇ, ਪਰ ਉਹ ਆਪਣਾ ਨਾਮ ਬਦਲ ਬਦਲ ਕੇ ਅੱਜ ਇੱਥੇ ਸਟੇਸ਼ਨ ਖੋਲ੍ਹ ਲਿਆ, ਕੱਲ੍ਹ ਅੱਡਾ ਜੀਰਕਪੁਰ ਖੋਲ੍ਹ ਲਿਆ, ਫਿਰ ਚੰਡੀਗੜ੍ਹ ਖੋਲ੍ਹ ਲਿਆ, ਵੀ ਚੰਡੀਗੜ੍ਹ ਕਿਹੜਾ ਪੰਜਾਬ ਪੁਲਿਸ ਪਹੁੰਚੂਗੀ। ਬਹੁਤ ਕਰੋੜਾਂ ਰੁਪਏ ਜਿਹੜੇ ਹੈ ਮਤਲਬ ਇਹ ਮਸਲੇ ਦੇ ਵਿੱਚ ਇਸ ਟਾਈਮ ਪੰਜਾਬੀਆਂ ਦੇ, ਨੌਜਵਾਨਾਂ ਦੇ, ਧੀਆਂ ਦੇ, ਭੈਣਾਂ ਦੇ, ਪਰਿਵਾਰਾਂ ਦੇ ਏਜੰਟਾਂ ਕੋਲ ਫਸੇ ਹੋਏ ਨੇ। ਇਹ ਮਾਮਲਾ ਜਿਹੜਾ ਸਾਰਾ ਤੁਸੀਂ ਦੇਖ ਲਿਆ, ਵਾਚ ਕਰ ਲਿਆ ਵੀਡੀਓ ਦੇ ਵਿੱਚ, ਕੀ ਕਹਿ ਰਹੇ ਨੇ ਕਿਸਾਨ ਯੂਨੀਅਨ ਵਾਲੇ ਵੀ ਬਾਹਰ ਭੇਜਣ ਦੇ ਨਾਂ 'ਤੇ ਸਾਨੂੰ ਠੱਗਿਆ ਗਿਆ। ਉਸ ਤੋਂ ਬਾਅਦ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹਿੰਦੀ ਹੈ, ਪਰ ਇੱਕ ਪਾਸੇ ਇਸ ਨੂੰ ਪੂਰੇ ਮਾਮਲੇ ਨੂੰ ਜਾਣਨ ਲਈ ਮੈਂ ਗੱਲਬਾਤ ਵੀ ਕੀਤੀ ਹੈ ਚੌਂਕੀ ਇੰਚਾਰਜ ਦੇ ਨਾਲ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇਹਨਾਂ ਵੱਲੋਂ ਜਿਹਨੇ ਜਿਹੜੇ ਲੁੱਟੇ ਹੋਏ ਨੇ ਏਜੰਟ ਦੇ, ਸਾਨੂੰ ਕੋਈ ਦਰਖਾਸਤ ਨਹੀਂ ਆਈ ਜਾਂ ਇਹਨਾਂ ਨੇ ਲਿਖਤੀ ਸਾਨੂੰ ਦਿੱਤਾ ਨਹੀਂ। ਅਤੇ ਦੂਜੇ ਪਾਸੇ ਪਤਾ ਲੱਗਿਆ ਵੀ ਇਹਦੇ ਜਿਹੜੇ ਮਾਲਕ ਨੇ ਇਸ ਹੈੱਡਕੁਆਟਰ ਇਮੀਗ੍ਰੇਸ਼ਨ ਦੇ, ਕੋਈ ਰਣਜੀਤ ਸਿੰਘ ਨੇ, ਪਰ ਉੱਥੇ ਜਿਹੜੀ ਵੀ ਗੱਲ ਕਰਦੇ ਨੇ ਗੁਰਮੇਲ ਸਿੰਘ ਨੇ, HR ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ ਉਹ ਗੁਰਮੇਲ ਸਿੰਘ ਆ। ਅਸੀਂ ਕੋਸ਼ਿਸ਼ ਕੀਤੀ ਵੀ ਉਹਨਾਂ ਦਾ ਪੱਖ ਲਿਆ ਜਾਵੇ, ਉਹਦੇ ਵਿੱਚ ਜਿਹੜੀਆਂ ਕੁੜੀਆਂ ਨੇ ਫੋਨ ਚੱਕਦੀਆਂ ਨੇ, ਅਸੀਂ ਕਿਹਾ ਵੀ ਮਾਲਕ ਨਾਲ ਗੱਲ ਕਰਾਓ ਵੀ ਤੁਹਾਡਾ ਪੱਖ ਜਾਣਨਾ ਬਹੁਤ ਜ਼ਰੂਰੀ ਹੈ, ਵੀ ਕਿਵੇਂ ਸਮਝੌਤਾ ਹੋਇਆ, ਕਿਸ ਤਰ੍ਹਾਂ ਤੁਸੀਂ ਟਾਲ ਮਟੋਲ ਕਰਕੇ ਉਹਨਾਂ ਨੂੰ ਇੱਥੋਂ ਉਠਾਇਆ, ਕਿਸ ਤਰ੍ਹਾਂ ਰਾਤ ਨੂੰ ਕਿਸਾਨ ਉੱਠੇ ਨੇ। ਜਦੋਂ ਗੱਲ ਕੀਤੀ ਗੁਰਮੇਲ ਸਿੰਘ ਦੇ ਨਾਲ, ਗੁਰਮੇਲ ਸਿੰਘ ਕਹਿੰਦੇ ਵੀ ਹਾਂ ਮੈਂ HR ਹੈ, ਪਰ ਮੈਂ ਮਾਲਕ ਦਾ ਤਾਂ ਉਹਨਾਂ ਨੇ ਜ਼ਿਕਰ ਕੀਤਾ ਨਹੀਂ, ਜਿਹੜਾ ਸਾਨੂੰ ਪਤਾ ਲੱਗਿਆ ਕੋਈ ਮਾਲਕ ਰਣਜੀਤ ਸਿੰਘ ਨੇ। ਇੱਥੇ ਸਾਡੀ ਹਮਦਰਦੀ ਵੀ ਹੈ ਇੱਥੇ ਸਟਾਫ ਦੇ ਨਾਲ, ਕਿਉਂਕਿ ਸਟਾਫ ਨੇ ਜੋ ਅੱਜ ਇੱਥੇ ਬੰਦੀ ਬਣਾ ਲਏ, ਜਿਨ੍ਹਾਂ ਦੀ ਵੀਡੀਓ ਨਸ਼ਰ ਹੁੰਦੀ ਹੈ, ਤਾਂ ਸਟਾਫ ਦੀਆਂ ਕੁੜੀਆਂ ਨੇ, ਮੁੰਡੇ ਨੇ, ਇਹਨਾਂ ਨੇ ਕਿਤੇ ਹੋਰ ਵੀ ਕੰਮ ਕਰਨਾ ਹੁੰਦਾ ਤਾਂ, ਪਰ ਇਹਨਾਂ ਨੂੰ ਤਾਂ ਸਾਰੇ ਫਰੋਡ ਸਮਝਣਗੇ ਵੀ ਇਹ ਫਰੋਡ ਹੈ, ਇਹਨਾਂ ਨੂੰ ਕੋਈ ਕੰਮ ਨਹੀਂ ਦਊਗਾ। ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਸਟਾਫ ਦੀਆਂ ਲੜਕੀਆਂ ਜਾਂ ਸਟਾਫ ਵਾਲਿਆਂ ਦਾ ਚਿਹਰਾ ਅਸੀਂ ਨਸ਼ਰ ਨਾ ਕਰੀਏ। ਪਰ ਦੂਜੇ ਪਾਸੇ ਦੇਖੋ ਮਜਬੂਰੀ ਕਿੱਡੀ ਹੈ। ਜਿਹੜਾ ਮਾਲਕ ਹੁੰਦਾ, ਜਦੋਂ ਵੀ ਤੁਸੀਂ ਕਿਤੇ ਆਪਣੀ ਫਾਈਲ ਲੈ ਕੇ ਜਾਂਦੇ ਹੋ ਕਿਸੇ ਇਮੀਗ੍ਰੇਸ਼ਨ ਦੇ, ਕੋਈ ਹੋਊਗਾ ਜਿਹੜਾ, ਮੈਨੂੰ ਲੱਗਦਾ 100 ਚੋਂ 5-7% ਮਾਲਕ ਸਾਹਮਣੇ ਆਉਂਦੇ ਨੇ ਕੈਮਰੇ ਦੇ ਜਾਂ ਜਿਹੜਾ ਉੱਥੇ ਜਾਂਦਾ ਕਸਟਮਰ ਦੇ, ਵੀ ਹਾਂ ਮੈਂ ਮਾਲਕ ਹੈ, ਜੇ ਕੱਲ੍ਹ ਨੂੰ ਕੋਈ ਜ਼ਿੰਮੇਵਾਰੀ ਹੈ ਜਾਂ ਕੋਈ ਭੱਜਦਾ ਪੈਸੇ ਲੈ ਕੇ ਸਾਡੇ ਸਟਾਫ ਦਾ ਭੱਜਦਾ ਤਾਂ ਮੈਂ ਮਾਲਕ ਜ਼ਿੰਮੇਵਾਰ ਹੈ। ਪਰ ਇੱਥੇ ਉਲਟ ਹੋ ਰਿਹਾ, ਮਾਲਕ ਦਾ ਕੋਈ ਅਤਾ ਪਤਾ ਨਹੀਂ, ਕੌਣ ਮਾਲਕ ਹੈ ਨਾ ਸਾਨੂੰ ਦੱਸਿਆ, ਅਸੀਂ ਕਿੰਨੀ ਵਾਰੀ ਫੋਨ ਕਰ ਲਿਆ, ਉਹਦਾ ਸਾਡੇ ਕੋਲ ਰਿਕਾਰਡ ਹੈਗਾ ਵੀ ਅਸੀਂ ਫੋਨ ਕਰਕੇ ਕਿੰਨੀ ਵਾਰੀ ਪੁੱਛਿਆ ਵੀ ਮਾਲਕ ਦੱਸ ਦਿਓ ਉਹਦਾ ਪੱਖ ਜਾਣਨਾ, ਕੋਈ ਵੀ ਆਪਣਾ ਪੱਖ ਦੇਣ ਨੂੰ ਰਾਜ਼ੀ ਨਹੀਂ।
ਦੂਸਰੇ ਪਾਸੇ ਜੇ ਦੇਖਿਆ ਜਾਵੇ ਮੈਨੂੰ ਲੱਗਦਾ ਆਪਣੇ ਸੰਬੰਧਿਤ ਥਾਣਿਆਂ ਕੋਲ ਘੱਟੋ ਘੱਟ ਇਹਨਾਂ ਦੇ ਲਾਇਸੈਂਸ ਦੀ ਕਾਪੀ ਤਾਂ ਹੋਣੀ ਚਾਹੀਦੀ ਹੈ ਵੀ ਕੌਣ ਇਹਦਾ ਓਨਰ ਹੈ, ਕੌਣ ਮਾਲਕ ਹੈ। ਕੱਲ੍ਹ ਨੂੰ ਇਹ ਕਰੋੜਾਂ ਰੁਪਏ ਲੁੱਟ ਕੇ ਜੇ ਇੱਥੋਂ ਭੱਜ ਗਏ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੋਊਗੀ? ਮੁੜ ਕੇ ਸਾਡਾ ਪ੍ਰਸ਼ਾਸਨ ਹੈ ਜਿਹੜਾ ਦੇਖਦਾ ਰਹਿੰਦਾ, ਮੁੜ ਕੇ ਲੀਕ ਪਿੜਦਾ ਰਹਿੰਦਾ। ਇਹੀ ਬੇਨਤੀ ਆ ਵੀ ਇਹਨਾਂ ਠੱਗਾਂ ਤੋਂ ਬਚੋ। ਜਿਹੜੇ ਚੰਗਾ ਕੰਮ ਕਰਨ ਵਾਲੇ ਨੇ ਉਹਨੂੰ ਵਾਚ ਕੇ ਧਿਆਨ ਦੇ ਕੇ ਅਤੇ ਉਹਨਾਂ ਕੋਲ ਜਾ ਕੇ ਆਪਣੀਆਂ ਫਾਈਲਾਂ ਲਵਾਓ। ਅਤੇ ਹੁਣ ਇਹਨਾਂ ਨੇ ਤਾਂ ਕਹਿਤਾ ਵੀ ਅਸੀਂ ਪੈਸੇ ਵਾਪਸ ਕਰਨ ਲੱਗੇ ਹਾਂ ਜੀ, ਹਲੇ ਪਤਾ ਨਹੀਂ ਹੋਣੇ ਆ, ਪਤਾ ਨਹੀਂ ਦੁਬਾਰਾ ਹੋ ਸਕਦਾ ਕਿਸਾਨਾਂ ਨੂੰ ਧਰਨਾ ਲਾਉਣਾ ਪਵੇ। ਪਰ ਇੱਕ ਵਾਰੀ ਪਤਾ ਲੱਗ ਗਿਆ ਵੀ ਹਾਂ, ਠੱਗੀ ਠੋਰੀ ਦਾ ਜਿਹੜਾ ਸਿਲਸਿਲਾ ਬਾਅਦ ਦਸਤੂਰ ਜਾਰੀ ਹੈ। ਜੇ ਇਹ ਇਮਾਨਦਾਰ ਨੇ, ਸੱਚੇ ਨੇ ਤਾਂ ਘੱਟੋ ਘੱਟ ਕੈਮਰੇ ਅੱਗੇ ਆ ਕੇ, ਮੀਡੀਆ ਅੱਗੇ ਆ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ, ਆਪਣਾ ਪੱਖ ਰੱਖਣ। ਮੁੜ ਕੇ ਇਲਜ਼ਾਮ ਲਾਉਂਦੇ ਨੇ ਸਾਡਾ ਪੱਖ ਨਹੀਂ ਜਾਣਿਆ। ਅਸੀਂ ਕੋਸ਼ਿਸ਼ ਕੀਤੀ ਆ, ਕਈ ਵਾਰੀ ਕਾਲ ਕੀਤੀ ਆਫਿਸ ਦੇ ਵਿੱਚ ਵੀ ਓਨਰ ਨਾਲ ਸਾਡੀ ਗੱਲ ਕਰਾ ਦਿਓ, ਜਾਂ ਕੋਈ ਪੱਖ ਦੇਣਾ ਚਾਹੁੰਦਾ ਪੱਖ ਦੇ ਦਿਓ। ਉੱਥੇ ਲੜਕੀਆਂ ਵਾਰੀ ਵਾਰੀ ਫੋਨ ਚੁੱਕਦੀਆਂ ਨੇ, 10 ਮਿੰਟ 'ਚ ਗੱਲ ਕਰਦੇ ਆ ਜੀ, 5 ਮਿੰਟ 'ਚ ਗੱਲ ਕਰਦੇ ਆ। ਵੀ ਹਰ ਜਿਹੜਾ ਨੌਜਵਾਨ ਹੈ ਜਾਂ ਜਿਹੜਾ ਠੱਗਿਆ ਜਾਂਦਾ ਪੰਜਾਬ ਦਾ ਪਰਿਵਾਰ, ਉਹ ਹਰ ਜਥੇਬੰਦੀ ਨੂੰ ਨਾਲ ਲੈ ਕੇ ਨਹੀਂ ਆ ਸਕਦਾ, ਨਾ ਹੀ ਹਰ ਬੰਦਾ ਜਥੇਬੰਦੀ ਦਾ ਨਾ ਤੁਰ ਸਕਦਾ, ਕਿਉਂਕਿ ਕਈ ਵਾਰੀ ਜਥੇਬੰਦੀਆਂ 'ਤੇ ਵੀ ਇਲਜ਼ਾਮ ਲੱਗ ਜਾਂਦੇ ਨੇ। ਇਸ ਕਰਕੇ ਸਾਡੀ ਸਰਕਾਰ ਨੂੰ ਚਾਹੀਦਾ ਹੈ ਲੋਕਾਂ 'ਤੇ ਨੱਥ ਪਾਈ ਜਾਵੇ, ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ, ਕਿਉਂਕਿ ਕਈ ਐਸੇ ਠੱਗ ਏਜੰਟ ਨੇ ਜਿਹੜੇ ਕਰੋੜਾਂ ਰੁਪਏ ਲੈ ਕੇ ਭੱਜ ਚੁੱਕੇ ਨੇ। ਅਤੇ ਹੁਣ ਗੱਲ ਕੀਤੀ ਜਾਵੇ, ਕੱਲ੍ਹ ਉੱਥੇ ਧੱਕਾ ਮੁੱਕੀ ਵੀ ਹੋਈ ਹੈ, ਕਿਸਾਨਾਂ ਨੇ ਕਿਹਾ ਵੀ ਪੈਸੇ ਦੀ ਗੱਲ ਤਾਂ ਇੱਕ ਪਾਸੇ, ਸਾਨੂੰ ਤਾਂ ਗੁੰਡਿਆਂ ਨੇ ਧੱਕੇ ਮਾਰੇ ਨੇ, ਧੱਕੇ ਮਾਰ ਕੇ ਮਾਫ਼ੀ ਮੰਗਾਉਣ ਦੀ ਗੱਲਬਾਤ ਕੀਤੀ ਗਈ ਹੈ। ਬਾਊਂਸਰ ਰੱਖਦੇ ਨੇ, ਕਿਉਂ ਬਾਊਂਸਰ ਰੱਖਣ ਦੀ ਲੋੜ ਹੈ? ਜਿਹੜੇ ਇਮੀਗ੍ਰੇਸ਼ਨ ਦੇ ਵਿੱਚ ਕਈ ਜਗ੍ਹਾ ਅਸੀਂ ਜਾਂਦੇ ਹਾਂ, ਨੀਲਾ ਭਵਨ 'ਚ ਵੀ ਹੈਗੇ ਬੜੇ ਵਧੀਆ ਕੰਮ ਕਰਨ ਵਾਲੇ, ਉਹ ਸਿੱਧਾ ਮਾਲਕ ਮਿਲਦੇ ਨੇ, ਮਾਲਕ ਬੈਠੇ ਸੀਟਾਂ 'ਤੇ ਹੈਲੋ ਆਏ ਕਰਦੇ ਨੇ, ਨਾ ਉੱਥੇ ਕੋਈ ਰੋਕਣਾ ਨਾ ਕੋਈ ਟੋਕਣ ਵਾਲਾ। ਪਰ ਜਿੱਥੇ ਤੁਸੀਂ ਦੇਖਿਓ ਘੱਟੋ ਘੱਟ 4-4, 5-5, 7-7, 10-10 ਬਾਊਂਸਰ ਰੱਖੇ ਨੇ, ਉਹ ਮਿਲਣੇ ਨਹੀਂ ਦਿੰਦੇ ਮਾਲਕ ਕੌਣ ਹੈ। ਇਸ ਕਰਕੇ ਸਰਕਾਰ ਨੂੰ ਪੂਰਾ ਸੁਚੇਤ ਹੋਣ ਦੀ ਲੋੜ ਹੈ। ਦੂਜੇ ਪਾਸੇ ਮਾਨ ਸਾਹਿਬ ਦਾ ਪਿਛਲੇ ਦਿਨ ਬਿਆਨ ਆਇਆ ਸੀ, ਜਦੋਂ ਭਾਨੇ ਸਿੱਧੂ ਨੇ ਮੁੱਦਾ ਚੁੱਕਿਆ ਹੋਇਆ ਸੀ ਵੀ ਕਿਸੇ ਨੂੰ ਕਾਨੂੰਨ ਆਪਣੇ ਹੱਥਾਂ 'ਚ ਨਹੀਂ ਲੈਣਾ, ਨਾ ਕੋਈ ਕਾਨੂੰਨ ਨੂੰ ਹੱਥਾਂ 'ਚ ਲਵੇ, ਵੀ ਸਰਕਾਰ ਖੁਦ ਇਹ ਠੱਗ ਏਜੰਟਾਂ 'ਤੇ ਕਾਬੂ ਪਾਊਗੀ। ਹੁਣ ਦੇਖਣ ਵਾਲੀ ਗੱਲ ਹੈ ਕਿ ਪਟਿਆਲਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਅਤੇ ਪੰਜਾਬ ਸਰਕਾਰ ਇਹ ਠੱਗ ਏਜੰਟਾਂ 'ਤੇ ਕਿਸ ਤਰ੍ਹਾਂ ਦਾ ਸ਼ਿਕੰਜਾ ਕੱਸਦੀ ਹੈ। ਇਹਦੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਦਾ ਆ ਗਿਆ, ਸਤਿ ਸ਼੍ਰੀ ਅਕਾਲ।